ਭਾਈ ਸਰ ਜਿਹੜੀ ਮਨਭਾਗੀ ਘਟਨਾ ਵਾਪਰੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ, ਰਿਸ਼ਤੇਦਾਰੀ ਕੀ ਸੀ ਜੀ, ਕੀ ਵਕਤ ਸਰ? ਇੱਥੇ ਮੇਰੇ ਪਿੰਡ ਦੇ ਆ ਅਤੇ ਮੇਰਾ ਜਿਹੜਾ ਭਾਣਜਾ ਹੈ ਨਾ, ਭਾਣਜਾ ਵੀ ਇਹਨਾਂ ਦੇ ਨਾਲ ਹੀ ਟਰੱਕ ਲਾਇਆ ਹੋਇਆ ਆ, ਇਹਨਾਂ ਕੋਲ ਹੀ ਕੰਮ ਕਰਦਾ। ਠੀਕ ਹੈ, ਇਹ ਦੋਨੋਂ ਭਰਾ ਸੀਗੇ, ਦੋਨੋਂ ਭਰਾ 'ਚ ਇੱਕ ਵੱਡੇ ਭਰਾ ਦੀ ਮੌਤ ਹੋ ਗਈ ਆ, ਛੋਟੇ ਦੀ ਵੀ ਹੋ ਗਈ, ਛੋਟੇ ਦੀ ਵਾਈਫ ਅਤੇ ਉਹ ਛੋਟੀ ਬੇਟੀ ਜਿਹੜੀ ਆ, ਇਹਨਾਂ ਦੇ ਜਿਹੜੇ ਮਾਂ ਪਿਓ ਸੀਗੇ ਦੋਨੇ ਜਣੇ, ਉਹ ਇੱਧਰ 4-5 ਦਿਨ ਹੋਈ ਹਜੇ ਇੱਥੇ ਪਿੰਡ ਆਇਆ ਨੂੰ, ਤਾਂ ਉਹ ਹੇਮਕੁੰਟ ਸਾਹਿਬ ਨੂੰ ਗਏ ਹੋਏ ਸੀਗੇ, ਅਤੇ ਉਹ ਰਸਤੇ ਵਿੱਚ ਹੀ ਫੋਨ ਆਇਆ ਉਹਨੂੰ, ਰਿਸ਼ੀਕੇਸ਼ ਜਾਂਦੇ ਹੋਏ ਉੱਥੋਂ ਉੱਦਾਂ ਹੀ ਵਾਪਸ ਆਏ ਆ, ਪਰਸੋਂ ਆਏ 2 ਵਜੇ ਵਾਪਸ ਆਏ ਆ, ਅਤੇ ਮੈਂ ਰਾਤ ਉਹਨਾਂ ਨੂੰ ਚੜ੍ਹਾ ਕੇ ਆਇਆ ਕੋਈ 2 ਵਜੇ ਚੜ੍ਹਾ ਕੇ। ਕੁਛ ਪਤਾ ਲੱਗਾ ਕਿ ਮੈਟਰ ਕਿਉਂ ਇਹ ਵਾਲੇ ਮੈਟਰ? ਇਹ ਐਕਚੁਲੀ ਨਾ ਕੋਈ ਥੋੜ੍ਹਾ ਜਿਹਾ ਟਾਈਮ ਜਿੱਦਾਂ 1-2 ਚੱਕਰ ਜਾਂ ਮਹੀਨਾ ਖੰਡ ਪਹਿਲਾਂ ਲਾ ਕੇ ਗਿਆ ਹੋਇਆ ਇਹ ਉੱਥੇ ਟਰੱਕਿੰਗ ਕੰਪਨੀ ਦੇ ਵਿੱਚ, ਅਤੇ ਇਹ ਬੰਦੇ ਦਾ ਪਹਿਲਾਂ ਵੀ ਰੈਕਟ ਇੱਦਾਂ ਦਾ ਹੀ ਆ, 10 ਸਾਲ ਜੇਲ੍ਹ ਜੂਹ 'ਚ ਵੀ ਰਹਿ ਕੇ ਆਇਆ ਹੋਇਆ ਆ, ਅਤੇ ਬਸ ਇਹ ਬਾਕੀ ਪਰਿਵਾਰ ਨਾਲ ਤਾਂ ਉੱਥੇ ਭਾਣਜੇ ਨੂੰ ਫੋਨ ਕੀਤਾ ਸੀ, ਉਹ ਗੱਲ ਦਾ ਵਿਆਹ ਕਦੋਂ ਹੋਇਆ ਸੀ? ਇਹ 2 ਸਾਲ ਹੋ ਗਏ ਜੀ, ਸਾਲ ਹੋਇਆ ਨਹੀਂ, 2 ਸਾਲ ਗਈ ਨਹੀਂ ਹੋਏ ਆ, ਵਿਆਹ ਨੂੰ 3 ਸਾਲ ਹੋ ਗਏ ਜੀ। ਅਤੇ ਆਖਿਰ ਵਰ ਕੋਈ ਗੱਲਬਾਤ ਹੋਈ ਉਹਨਾਂ ਨਾਲ? ਨਹੀਂ ਜੀ, ਮੇਰੇ ਤਾਂ ਆਪਣੇ ਜਿਹੜੇ ਭਾਣਜਾ ਆ ਮੇਰੀ, ਉਹ ਭਾਣਜੇ ਨੂੰ ਆ, ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ, ਬਸ ਇਹੀ ਦੱਸਿਆ ਜੀ ਲਾਸ਼ਾਂ ਮਿਲੀਆਂ, ਬਾਕੀ ਕਹਿੰਦੇ ਕੱਲ੍ਹ ਗੱਲ ਕਰਾਂਗੇ, ਫੋਨ 'ਤੇ ਕੋਈ ਗੱਲ ਨਹੀਂ ਕਰ ਰਿਹਾ। ਸਰਕਾਰ ਤੋਂ ਕੋਈ ਮੰਗ ਕਰਦੇ? ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਇਨਸਾਫ ਦੀ, ਹੋਰ ਕੀ ਕਹਿਣਾ। ਦੇਖੋ ਜੀ, ਜਿਹੜੀ ਕੈਲੀਫੋਰਨੀਆ ਦੇ ਵਿੱਚ ਸਿਟੀ ਹੈੱਡਕੁਆਰਟਰ ਦੇ ਵਿੱਚ ਇਹ ਘਟਨਾ ਵਾਪਰੀ ਹੈ, ਬਹੁਤ ਮੰਦਭਾਗੀ ਆ, ਔਰ ਤੁਸੀਂ ਆਪ ਦੇਖੋ ਕਿ ਜਿਸ ਪਰਿਵਾਰ ਦੇ ਵਿੱਚੋਂ 4 ਜੀਅ ਚੱਲ ਜਾਣਾ, ਉਹਨਾਂ ਦੇ ਪੇਰੈਂਟਸ ਦਾ ਕੀ ਹਾਲ ਆ ਜਾਵੇਗਾ। ਔਰ ਜਿੰਨੀ ਕੁ ਮੈਨੂੰ ਪਤਾ ਲੱਗਾ ਰਾਤ ਕਾਲ ਕਰਨੇ 'ਤੇ, ਕਿ ਇਹਨਾਂ ਦੀ ਰਿਹਾਇਸ਼ ਤਾਂ ਸੀਗੀ ਜਸਦੀਪ ਸਿੰਘ ਹੋਣਾ ਦੀ ਲਵਿਕਸਨ ਦੇ ਵਿੱਚ, ਇਹ ਨਵਾਂ ਟਰੱਕਿੰਗ ਦਾ ਆਫਿਸ ਬਣਾਇਆ ਸੀ ਹੈੱਡਕੁਆਰਟਰ ਦੇ ਵਿੱਚ, ਔਰ ਇਹ ਸਵੇਰੇ ਜਸਦੀਪ ਦੀ ਵਾਈਫ, ਉਹਦੀ 8 ਮਹੀਨਿਆਂ ਦੀ ਲੜਕੀ ਵੀ ਤਾਂ ਨਾਲ ਲੈ ਗਏ ਕਿ ਉਹ ਜਸਦੀਪ ਦੇ ਮੰਮੀ ਡੈਡੀ ਇੰਡੀਆ ਆਏ ਹੋਏ ਸੀਗੇ, ਇਸ ਕਰਕੇ ਉਹ ਆਫਿਸ ਹੀ ਲੈ ਗਏ ਕਿਉਂਕਿ ਉਹ ਵੀ ਆਫਿਸ ਦੇ ਵਿੱਚ ਹੀ ਕੰਮ ਕਰਦੀ ਸੀ। ਅਤੇ ਇਹ ਬਾਹਰ ਜਿਹੜਾ ਬੰਦਾ ਸੀਗਾ, ਬਾਹਰ ਇੱਦਾਂ ਲੱਗਦਾ ਜਿੱਦਾਂ ਬੋਤਲਾਂ ਇਕੱਠੀਆਂ ਜਿਹੜੀਆਂ ਖਾਲੀ ਹੋਈਆਂ ਉਹ ਕਰਨ ਲਈ ਆਇਆ, ਆਪ ਹੀ ਮੇਰੇ ਖਿਆਲ ਜਸਦੀਪ ਨੇ ਹੀ ਬਾਹਰੋਂ ਉਹਨੂੰ ਅੰਦਰ ਲੈ ਕੇ ਆਇਆ ਵੀ ਸਾਡੇ ਵੀ ਖਾਲੀ ਬੋਤਲਾਂ ਅੰਦਰ ਪਈਆਂ ਆ ਕੋਕ ਦੀਆਂ ਵਗੈਰਾ, ਵੀ ਉਹ ਇਕੱਠੀਆਂ ਕਰ ਲੈਣ, ਪਰ ਉਹਨੂੰ ਕੀ ਪਤਾ ਸੀ ਵਿਚਾਰੇ ਨੂੰ ਕਿ ਮੌਤ ਹੀ ਫਿਰਦੀ ਹੈ ਸਾਡੀ ਇੱਥੇ। ਤਾਂ ਉਹਨੇ ਅੰਦਰ ਆ ਕੇ ਪਹਿਲਾਂ ਤਾਂ ਦੋਨਾਂ ਭਰਾਵਾਂ ਨੂੰ ਬੰਨਿਆ ਢਿੰਗੇ ਦੇ ਵਿੱਚ, ਤਾਂ ਬਾਅਦ ਦੇ ਵਿੱਚ ਜਸਦੀਪ ਨੂੰ ਤਾਂ ਉਹਦੇ ਛੋਟੀ ਬੇਟੀ ਜਸਲੀਨ ਦੀ ਬੇਟੀ ਨੂੰ, ਜਸਲੀਨ ਅਤੇ ਜਸਲੀਨ ਦੀ ਬੇਟੀ ਜਿਹੜੀ 8 ਮਹੀਨਿਆਂ ਦੀ ਸੀ, ਉਹਨੂੰ ਬਾਅਦ 'ਚ ਲੈ ਕੇ ਗਿਆ। ਤਾਂ ਅੱਜ ਸਵੇਰੇ ਪਤਾ ਲੱਗਿਆ ਕਿ ਉਹਨਾਂ ਨੂੰ ਜਿਹੜੀ ਆ ਕਈ ਗੋਲੀਆਂ ਮਾਰ ਦਿੱਤੀਆਂ ਸੀ ਉਸ ਇਨਸਾਨ ਨੇ। ਇਨਸਾਨ ਤਾਂ ਫੜਿਆ ਗਿਆ, ਪਰ ਫੜਨੇ ਨਾਲ ਉਹ ਘਾਟਾ ਪੂਰਾ ਨਹੀਂ ਹੋ ਸਕਦਾ। ਤਾਂ ਇਹ ਤਾਂ ਪੂਰੇ ਜਗਤ ਨੂੰ ਕਹਿ ਲਓ, ਪੂਰੇ ਅਮਰੀਕਾ 'ਚ, ਕਨੇਡਾ 'ਚ, ਇੰਗਲੈਂਡ 'ਚ, ਜਿੱਥੇ ਜਿੱਥੇ ਵੀ ਪੰਜਾਬ ਨਾਲ ਪਿਆਰ ਕਰਨ ਵਾਲੇ ਬੈਠੇ ਆ, ਉਹਨਾਂ ਨੂੰ ਬੜੀ ਇਹ ਸੱਟ ਵੱਜੀ ਆ, ਪੰਜਾਬ ਦੇ ਵਿੱਚ ਵੀ ਆ। ਇਸ ਕਰਕੇ ਸੋਚੀਦਾ ਕਿ ਜੇ ਅੱਜ ਪੰਜਾਬ ਦੇ ਵਿੱਚ ਉਹ ਮਾਹੌਲ ਬਣ ਜਾਏ, ਸਾਡੇ ਕਿਸੇ ਨੂੰ ਬਾਹਰ ਜਾਣਾ ਹੀ ਨਾ ਪਵੇ, ਨਾ ਬੇਤੁਕੀਆਂ ਜਵਾਨੀਆਂ ਗੋਲੀਆਂ ਦੇ ਨਾਲ ਮਰਨ। ਪਿੱਛੇ ਜੇ ਤੁਸੀਂ ਦੇਖਿਆ ਹੋਣਾ, ਇੱਕ ਸਟੋਰ 'ਤੇ ਹੈਪਨ ਹੋ ਗਿਆ ਸੀ। ਪਰ ਜੇ ਧਾਰਮਿਕ ਖਿਆਲ ਨਾਲ ਦੇਖੀਏ ਤਾਂ ਕਹੀਏ ਕਿਸਮਤ ਉਹਨਾਂ ਦੀ 'ਚ ਇਹ ਲਿਖਿਆ ਸੀ, ਪਰ ਇਹ ਜਿਹੜਾ ਦੁੱਖ ਆ ਬਹੁਤ ਸਹਾਰਨਾ ਔਖਾ ਆ। ਉਹਦੇ ਮਾਤਾ ਪਿਤਾ ਵੀ ਜਸਦੀਪ ਦੇ ਕੱਲ੍ਹ ਹੀ ਪਰਸੋਂ ਰਾਤ ਇੱਥੋਂ ਆਥਰੋ ਏਅਰਲਾਈਨ ਦੇ ਵਿੱਚ ਚਾੜੇ ਆ, ਜਿਹੜੇ ਕੱਲ੍ਹ ਹੀ ਸਵੇਰੇ ਉੱਪੜੇ ਆ। ਤਾਂ ਸਾਰਾ ਪਰਿਵਾਰ ਕੀ ਪੂਰਾ ਪੰਜਾਬ, ਪੰਜਾਬੀਅਤ ਨਾਲ ਪਿਆਰ ਕਰਨ ਵਾਲੇ ਜਿੰਨੇ ਵੀ ਆ, ਸਾਰਿਆਂ ਨੇ ਬਹੁਤ ਇਸ ਗੱਲ ਦਾ ਬੁਰਾ ਮਨਾਇਆ। ਉੱਥੇ ਦੇ ਚੀਫ ਨੇ, ਔਰ ਲਾਗੇ ਕਾਉਂਟੀ ਪੈਂਦੀ ਹੈ, ਡਿਸਟ੍ਰਿਕਟ ਜਿੱਦਾਂ ਸਾਡੇ ਪੰਜਾਬ 'ਚ ਪੈਂਦਾ,